कितनी देर हो गई फोन ते जुड़ी नो घंटा हो मन आला तक री दसी गल आपे नहीं तू चा कटवा कुछ नहीं हुंदा साए हो गई गप्पा छप्पा ओनु मैं आख ने तक फिर बोलन लग जांदेगी मैं ठीक करा मैं ही बोल दिया आत सही बिल्लो सुगरी एक मिनट सिर्फ थोड़ी जी गल रह गई एक दो मिनट ओनु गल कर लेंदे फिर कॉल कटा देनी है चलो तू ओनु आख एक दो मिनट उत्ते ना लावे बिल्लो थोड़ी जी जल्दी कर ले मेरी बहन सुगरी बहन दो मिनट सिर्फ रुक जाओ तुहानू केड़ी काल है हले हुण ते असीं प्यार दीआं गल्लां शुरू कीतीआं नहीं सानू केड़ी काल है घर नू कई रखी खाली है ठोक के रख काम नू चुप कर मठा हो इंदे दिले च आदे वास्ते प्यार जगा इवें ना लड़ जेड़ा जागया खाला ना मैं वेखी खाला चुप कर तेरी गल मैं बना दे सो तू एक वारी कोशिश त कर आदे प्यार उंदे दिल च जगावन दी ए नहीं जाग सकदा मैं वेखी खाला बिल्ला बस थोड़ी जी और जल्दी कर ला फिर मैं आदी मां नाल भी गल करनी है सुगरी भैन तेरी गल करना मां नाल जरूरी नहीं है जरूरी गल करना तो मेरी है नहीं होंदी तबीयत खराब है छोरे जल्दी थोड़ी जी कर कुछ नहीं होंदा ए तो मैं रात के आंदी है मेरे को पैके जी कोन तो हुन किदो लवा लिया आ सुबह नो लौट के तो दुकान ते गई है कि हफ्ते दा पैके लवा के आई है हुन तुसी चुप कर सा मैं गल करन दे मैंने कि नहीं 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 तू कर पर जल्दी थोड़ी जी कर शौकी मैं की करा जो तू मैं नहीं ना दिसना है अल्लाह की कसम मेरी अखी तक हनेरा आ जाता है कल मैं तेन नहीं ना वेख्या रात मैं रो रो के सुती हाँ रोटी भी नहीं खाती नहीं यार तू एक बारी गली मेरी जरूर गेड़ा मारिया कर जे मैं वेखना चाहता है नहीं तो मैं किसी और वग जावना नहीं नहीं मैं तो मजाक करती पई हूँ बड़ा तेरे तो बगैर मैं किसी ना जा सकती हूँ ਹੁਣ ਕੀ ਆਨੀ ਹੈ ਜਲਦੀ ਫੋਨ ਕਰ ਚਾ ਬੂਥੇ ਨੂੰ ਗੈਰਤ ਵੀ ਆਉਂਦੀ ਹੈ ਹਾਂ ਹੁਣ ਕੰਮ ਹੋ ਰੋ ਇੱਥੇ ਪਟੀ ਖਲੋਵੇ ਮੁਤਨਾ ਸਾਹਿਬ ਜਿਹੜੀ ਗੱਲ ਦੀ ਤੈਨੂੰ ਗੈਰਤ ਆਈ ਖਲੋਤੀ ਹੈ ਨਾ ਮੈਨੂੰ ਸਾਰੀ ਸਮਝ ਲੱਗ ਗਈ ਤੂੰ ਸਿੱਧੀ ਤਰ੍ਹਾਂ ਆਖ ਵੀ ਕੋਈ ਖਾਵਣ ਪੀਵਣ ਦੀ ਛੇ ਵੀ ਉਹਦੇ ਕੋਲ ਮੰਗਾ ਲਵੇ ਸ਼ੌਕੀਆ ਬੂਥੇ ਨੂੰ ਗੈਰਤ ਆਈ ਖਲੋਤੀ ਤੇ ਮੈਂ ਫੋਨ ਕੱਟਦੀ ਪਈ ਹਾਂ ਅੱਛਾ ਬੂਥਨਾ ਉਹ ਆਂਦਾ ਮੈਨੂੰ ਹੁਣੇ ਮਿਲ ਸੁਗਰੀ ਜਾਵਣ ਦੇਵਾਂ ਕਿ ਨਾ ਲੱਗਾ ਜਾ ਤੇ ਨਾਲੇ ਆਪ ਵੇਖ ਕੇ ਆਵੀਂ ਕਿੱਦਾਂ ਕੋ ਆਸਾਨ ਹੈਗਾ ਮੈਂ ਤਾਂ ਹਲੇ ਤੱਕ ਵੇਖਿਆ ਕੋਣੀ ਨੁਕਲੀ ਨਾ ਜਾਵਣ ਦੀ ਚਲੋ ਮੈਂ ਆਪ ਨਾਲ ਜਾਣਾ ਜਾ ਬਿੱਲਾ ਲੱਗੀ ਜਾ ਮੈਂ ਤੈਨੂੰ ਲੈ ਜਾਣਾ ਹਾਂ ਪਰ ਦੋ ਤਰ੍ਹਾਂ ਮਿੰਟ ਉਹਨੂੰ ਤੂੰ ਮਿਲਣਾ ਜ਼ਿਆਦਾ ਨਹੀਂ ਬੂਤਨਾ ਠੀਕ ਹੈ ਸਿਰਫ ਦੋ ਤਿੰਨ ਮਿੰਟ ਮੈਂ ਗੱਪਾਂ ਸ਼ੱਪਾਂ ਲਾ ਲੈ ਸਾਂ ਤੂੰ ਸੈਡ ਤੇ ਹੋ ਕੇ ਖਲੋ ਜਾਈਂ ਮੁੜ ਆਪਾਂ ਘਰ ਆ ਜਾ ਸਾਂ ਚਲੋ ਇਹ ਤਾਂ ਠੀਕ ਹੋ ਗਿਆ ਤੇ ਜਾਵਣਾ ਕਿੱਥੇ ਕਰਕੇ ਇਹ ਗੱਲ ਮੈਂ ਸ਼ੌਕੀ ਕੋਲ ਪੁੱਛ ਲੈਣੀ ਆ ਸ਼ੌਕੀ ਮਾਈ ਮੈਂ ਕਿੱਥੇ ਆਵਾਂ ਤੈਨੂੰ ਮਿਲਣ ਜਿਹੜੀ ਤੁਹਾਡੇ ਘਰ ਦੇ ਮਗਰ ਸਰੇ ਹੋਇਆ ਨਾ ਤੂੰ ਉੱਥੇ ਆ ਜਾ ਤਾਂ ਮੈਂ ਵੀ ਘਰੋਂ ਮੋਟਰਸਾਈਕਲ ਤੇ ਆ ਜਾਣਾ ਉੱਥੇ ਹੀ ਚਲੋ ਮੈਂ ਤੇ ਬੂਤਨਾ ਦੋਵੇਂ ਆਉਂਦੇ ਪਏ ਆਜੋ ਨਾਲ ਸਰ ਆ ਨਹੀਂ ਏ ਉੱਥੇ ਜਾਵਣਾ ਚਲੋ ਜੀ ਅੱਗੋਂ ਲੱਗੋ ਮਾ ਚੰਗਾ ਜਲਦੀ ਆ ਦੇਵੇ ਫਿਰ ਟੁੱਕਰ ਵੀ ਪਕਾਉਣਾ ਹੈ ਕਿ ਕੋਈ ਗੱਲ ਨਹੀਂ ਤੇਰੇ ਵਾਸਤੇ ਜੋ ਸਪੈਸ਼ਲ ਲੈਣ ਦੇ ਤੇ ਮੈਂ ਲਈ ਉਸਾ ਆ ਜਾ चलो मुर पठे हेलो ਕਿਦਾਂ ਜਾਂਦਾ ਮੈਂ ਭੂਤਣਿਆ ਮੈਂ ਹਾਂ ਡਾਕਟਰ ਤੇ ਜਾਂਦਾ ਪਿਆ ਬਿੱਲੋ ਦੀ ਦਾੜ ਨੂੰ ਦਰਦ ਇੱਕ ਡਾਵਣ ਜਾਵਾਂ ਐ ਦਾੜ ਪੀੜ ਹੈ ਹਾਂ ਮਾਂ ਐਂ ਕੰਮ ਕਰੀ ਦਾੜ ਦੀ ਦਵਾਈ ਲਾ ਲਵੀਂ ਟੀਕਾ ਲਵਾ ਲੈ ਗੋਲੀ ਚੋਣੀ ਲਾ ਲੈ ਵੀ ਤੇ ਦਾੜ ਕਢਾਵੇਂ ਨਾ ਨਾ ਤੇ ਸਾਰੀਆਂ ਨਿਕਲ ਜਾਉਂਦੀਆਂ ਅੰਮਾ ਦਾੜ ਦਾ ਵੀ ਕਸੂਰ ਕੋਈ ਨਹੀਂ ਹੈ ਸਾਰੀ ਤੇ ਕੀੜੇ ਨਾਲ ਖਾਦੀ ਕੋਤੀ ਹੈ ਜਦ ਤੱਕ ਰੇ ਨਾ ਕਢਾਈ ਤੇ ਆਰਾਮ ਕੋਈ ਨਹੀਂ ਆਉਣਾ ਸਾਰੀ ਰਾਤ ਮੈਨੂੰ ਤਰਸ ਤਰਸ ਲੱਗੀ ਰਹੀ ਹੈ ਇਹ ਤਾਂ ਮੈਨੂੰ ਪਤਾ ਕਿਹਦਾ ਤਾਂ ਤੈਨੂੰ ਪਤਾ ਸਾਰੀ ਰਾਤ ਅੰਮੇ ਦੀ ਦਾੜ ਨੂੰ ਤੜਾਟਾਂ ਉੱਠੀਆਂ ਰਹੀਆਂ ਤੇ ਲੁੱਸਦੀ ਰਹੀ ਹੈ ਓਏ ਅੰਮਾ ਇਹਨਾਂ ਨੂੰ ਜਾਵਣ ਦੇ ਭੌਕਣ ਦੇ ਪਰਾਂ ਤੈਨੂੰ ਕਿਹੜੀ ਲੋੜ ਬੈਸ ਬਣਾ ਕੇ ਖਲੋਤੀ ਹੋਈ ਭਾਵੇਂ ਦਾੜ ਕਢਾਵਣ ਤੇ ਭਾਵੇਂ ਦਾੜ ਛਿਲਾਵਣ ਓਏ ਹੋਏ ਮੇਰੇ ਭਰਾ ਤੂੰ ਤਾਂ ਕਵੜੀ ਜੀ ਗਿਆ ਮੈਂ ਕੋਈ ਵਾਸ ਨਾਲ ਜਾਂਦੀ ਪਈ ਆ ਆ ਮੈਂ ਹਟ ਕੇ ਆਵਾਂ ਨਾ ਤਾਂ ਸਾਬੂਦਾਣਾ ਮੇਰੇ ਵਾਸਤੇ ਬਣਾ ਰੱਖਿਆ ਬੱਲੇ ਮੈਂ ਬਣਾ ਕੇ ਰੱਖਾਂ ਮੈਂ ਤੇਰਾ ਨੌਕਰ ਲੱਗਾ ਹਾਂ ਚਲੋ ਆਦੀ ਸਵਾਣੀ ਨਾ ਕੀ ਬੂਤ ਨਾ ਦੇਰ ਹੁੰਦੀ ਆ ਦੇਰ ਤਾਂ ਹੁੰਦੀ ਪਈ ਆ ਡਾਕਟਰ ਨਾ ਵਗ ਜਾਵੇ ਚੱਲ ਮੋ ਚਲੋ ਜਾ ਟਾਈਮ ਨਾ ਹਟ ਵੇ ਆ ਅੱਜ ਰਾਤ ਨਾ ਕਰਿਆ ਅੰਮਾ ਹਾਂ ਜਦੋਂ ਸ਼ਾਦੀ ਹੋਈ ਇਹਨੇ ਭੂਤਣੇ ਦੀ ਭੂਤਣੇ ਦੇ ਅਗਲੇ ਰੰਗ ਨੇ ਉੱਡੇ ਉੱਡੇ ਰੰਗ ਉੱਡੇ ਉੱਡੇ ਰੰਗ ਜੇ ਲੱਗਦੇ ਮੇਰਾ ਐਵੇਂ ਮੇਰਾ ਪੁੱਤਰ ਉੱਡੇ ਉੱਡੇ ਰੰਗ ਹੈ ਉੱਡੇ ਉੱਡੇ ਰੰਗ ਹੈ ਕਿ ਨਵੀਂ ਨਵੀਂ ਸ਼ਾਦੀ ਹੋਈ ਹੈ ਤਾਂ ਹੀ ਗੱਲ ਭੂਤਣਾ ਸ਼ਰਮਾਂਦਾ ਛੋਰ ਕੋਲੋਂ ਛੋਰ ਕੋਲ ਸ਼ਰਮਾਂਦਾ ਹਾਂ ਸਮਾਨੀ ਕੋਲ ਹੀ ਸ਼ਰਮਾਂਦਾ ਕੋ ਚਾਰ ਤੇ ਸ਼ਰਮ ਤੁੰਦਾ ਮੇਰਾ ਪੁੱਤਰ ਮੋੜ ਪਿੱਛੇ ਲਾ ਜਾ ਸੇ ਸ਼ਰਮ ਤੋਂ ਖੁੱਲੇ ਡੁੱਲੇ ਟੁਰਸਣ ਫਿਰਸੇ ਤੇ ਹੁਣ ਵੀ ਤਾਂ ਖੁੱਲੇ ਪੁੱਲੇ ਟੁਰਦੇ ਨੇ ਲੇਕਿਨ ਤੂੰ ਮੇਰੀ ਗੱਲ ਨੂੰ ਸਮਝਦੀ ਨਹੀਂ ਪਈ ਐ ਰੰਗ ਉੱਡੇ ਉੱਡੇ ਰਾਂਦੇ ਨਹੀਂ ਡਰਿਆ ਡਰਿਆ ਜਿਹਾ ਰਾਂਦਾ ਆ ਵੇਖ ਲੈ ਡਰਿਆ ਡਰਿਆ ਤੂੰ ਹੀ ਡਰਿਆ ਰਾਂਦਾ ਮੇਰੀ ਗੱਲ ਨਾ ਮੰਨੇ ਕੋ ਚਾਨ ਚੜ ਗਿਆ ਤਾਂ ਮੋਰ ਮੰਨੇ ਨਹੀਂ ਚੜਦਾ ਚੁੱਪ ਕਰ ਤੇਰੀ ਜ਼ਬਾਨ ਨਹੀਂ ਖਲੋਂਦੀ ਆਹਾ ਆਹਾ
शौकी है। हाँ शौकी सोना मैनू तू दल्लू राम ही समझ ते बनाई आ मेरी समाणी मैनू खलोती है। तू जेड़ी गल करनी ना तू मेरे सामने कर। भूतना एदा मतलब है कि तू मेरी गाल नहीं मंदा पे। चल उठ एक मिनट साइड ते। ठीक है मैं साइड ते बह जाना लेकिन ज्यादा दूर मैं कोई नहीं उबाना इथे नाल बसाऊ। चलो ठीक है जिथे तेरा दिल करदा जाके बह रहा है। तू ही ठबा लिया। हां शौकी मैं दस किवें सदेई। ओ सदेया मैं तैनू इस पारू है आ जेड़ा तेरा साई नहीं मंदा इंदी मैं गैरत मारना चाहना। शौकी एदी गैरत दी ते गल ही ना कर। ए बड़ा चंगा बंदा है जेड़ी गल मैं करनी है वो मंदा है। मैं इनू दस छड़िया कि मैं शौकी नाल प्यार करनी है ते मेरी मजबूरी है शादी करना। हुण इस मैनू आख्या है कि तू शौकी तो बगैर नहीं ना रह सकनी है ते एक दो महीने तू सबर कर जा आदि मान मैं विला छिड़ा के मना लैसा ते मुड़ तेनू तलाक दे चढ़सा ते तू शौकी नाल शादी कर। अच्छा ये गल है। चलो वो दो महीने तक तेनू तलाक दे छड़सी ते आपा निकाह कर लैसा तिना महीने तू बाद। चौकी साहब तीन महीने तो इद्दत पूरी करनी पौसी। कोई गल नहीं मैं पांच महीने इंतजार कर ली सा। दंद वेख कटें दी करनिया दो गल्ला सुते इत्थे मां दी भरे बना के बह रही और आने मरदी पई। भूत ने किवें इत्थे खलोते हैं? बस होवे होवे खलोता। अच्छा हां हां ते तू ही दुखी दुवंदी पई। मैं आई आ दे डेरे तू ते मैं दी गुरु ले जाऊंगा। हां ते जा मुड़। चलो ठीक है खलो। हां ते खलोता ही मैं केड़ा बजदा पी। बकवास की जानी है। ओ बकवास नहीं करदी पई ओ सही आखदी पई है। तुहाडी गैरत वैसे मार गई है। अबे मुस्कान आ की बकवास करदा पे आ। मैं बकवास नहीं करता पिया तुसी काम ही बगैरता वाला शुरू कर लिया। की बकवास करता पिया चिबणा दी चटणी आ। जेड़ा तेरा भरा है ना आदि समाणी नु लेके ते उत्थे बंदे दे नाल उन्नी गल्ला पिया करवांदा है ते आप उन्हां दा पहरा देंदा पिया है। अवे आ मस्कानी की आंदा पिया है? जो तू सुनदी पई है ओही ओही आंदा पिया है। ओ ए आखणा चांदा है कि तेरा भरा उत्थे दल्लू राम बन चुकया है। बस चुप कर जा। मैनू मौत क्यों नहीं आंदी पई? मैनू मौत आ जावे इस गल सुनन तो पहले। अम्मा तू नहीं मर गई है ओ मैं मर गया जिन्ने बंदियां विच बाणा उठना हुंदा है। ए हुण गल इस खुसरे दे मुंह च पहुंच गई है। हुण सारे जमानत मुंह च पहुंच जासी। ओ मैं ते किते जीवन जोगा नहीं रहा। ओ जदों मैं तैनू आखिया मैनू इंदे चाल चलन होल में लगदे पैण इंदे रंग उड्डे लगदे पैण तू नहीं मन्नी। ओ मैनू मुकाले नु क्या पता भी ए गल्ला इस काम ते लगा वदा है। हुण आपस च मां पुत्र की सिर खा दिखलोते ने। लगा जा दादा ब्राण फड़ के इत्थे लै ते आदी बरजाए दे दो थुन्ना ते ठोक तोड़ू दे पेक्या ते गल ते पिछे तलाक भी गला दिसा है। मेरा तो दिल आंदा पे मैं कापे दे नाल आ दे विराज दी विकनी ला देवां ते नाल बरजाई दी विकनी ला देवां नाल त्रिए बंदे दी विकनी ला देवां। कन्हियां ना लावे थाने ते पिया ओसे ओनु परा बजा तो नी तलाक गलसाए। बूढ़ जाई ना होवे तो साडा मुकाला करवा दित्ता है सुबह गैरती। ए भी गल तेरी सही है। चंगा बिल्लो दा पत्ता कटी गया इस गारी चू। चंगा मगरू लै जासी। रन नहीं उठे इनू मां जाके आप उठाइना। हूं उठी खलो मैं घर चलिया सारे लेट हो गई है। सिर्फ दो तीन मिनट रुक जा। दो गल्ला रह गई कर के उन्हें गए। तू दो त्रै मिनट आती पई अमोरी भी आए खले नी। लख लाना तई मदरा बे गैरती है नवा चांद चढ़ा लिया है मुल्का तमाशा भी खा लिया है। ਲੈ ਚੱਲ ਕਰੇ।
ਕਾ ਬੜੀ ਭੁੱਖ ਲੱਗੀ ਖੋਤੀ ਹੈ ਵੇ ਅੰਨਿਆ ਜੇ ਸਬਜ਼ੀ ਤਾਂ ਤੂੰ ਲੈ ਕੇ ਨਹੀਂ ਆਇਆ ਹੈਗਾ ਤੇ ਪਕਾਵਾਂ ਤੇਰੇ ਗੋਡੇ ਹੈ ਸਬਜ਼ੀ ਤੇ ਲਈ ਆਈ ਕਿਹਨੇ ਗਈ ਸਬਜ਼ੀ ਸਬਜ਼ੀ ਵੀ ਸਹਿ ਸਾਰੀ ਲਈ ਆਈ ਡੇਗ ਪਈ ਲੱਗਦਾ ਰਾਹ 'ਚ ਤੂੰ ਸਾਈਕਲ ਤੇ ਗਿਆ ਸੀ ਪਰਾਡੋ ਤੇ ਨਹੀਂ ਸੀ ਗਿਆ ਜਿਹੜਾ ਤੈਨੂੰ ਸਬਜ਼ੀ ਡਿੱਗਣ ਦਾ ਪਤਾ ਨਹੀਂ ਚੱਲਿਆ ਹੈਗਾ ਮਾੜੀ ਜਿੰਨੀ ਸ਼ਹਿਰ ਡਿੱਗੇ ਤੇ ਬੰਦੇ ਨੂੰ ਪਤਾ ਚੱਲ ਜਾਂਦਾ ਹੈਗਾ ਉਹ ਤਾਂ ਫੇਰ ਤੂੰ ਕਹਿੰਦਾ ਪਿਆ ਕਿ ਮੈਂ ਸਾਰੀ ਲਈ ਸਬਜ਼ੀ ਉਹ ਮੈਨੂੰ ਭੁੱਖ ਹੀ ਨਹੀਂ ਲੱਗੀ ਸੀ ਮੈਨੂੰ ਪਤਾ ਨਹੀਂ ਚੱਲਾ ਉਹ ਬੰਦੇ ਚਵੜਨ ਜਿਹੜੇ ਪਿੱਛੇ ਵੇਖਦੇ ਪਏ ਸਨ ਮੈਨੂੰ ਦੱਸਿਆ ਹੀ ਨਹੀਂ ਇਹਨੇ ਮੇਰੀ ਸਬਜ਼ੀ ਡਿੱਗ ਪਈ ਹੈ ਇਹ ਪਾਗਲਾ ਤੂੰ ਮੈਨੂੰ ਨਾਲ ਲੈ ਜਾਂਦਾ ਤਾਂ ਕਿ ਮੈਂ ਸਬਜ਼ੀ ਫੜ ਕੇ ਪਿੱਛੇ ਬਹਿ ਜਾਂਦੀ ਉਹ ਤੈਨੂੰ ਕਿਵੇਂ ਲੈ ਜਾਵਾਂ ਸਬਜ਼ੀ ਤੇ ਮੇਰੇ ਕੋਲ ਖਿੱਚਦੀ ਨਹੀਂ ਤੈਨੂੰ ਕਿਵੇਂ ਖਿੱਚਾਂ ਡਰਮ ਜਾਨੂੰ ਉਹ ਲੱਖ ਦੀ ਲਾਣੇ ਤੇ ਤੇਰੇ ਤੇ ਸ਼ਾਦੀ ਕਰਨ ਤੋਂ ਪਹਿਲੇ ਇਹ ਗੱਲ ਤੂੰ ਸੋਚਣੀ ਤਾਂ ਹੁਣ ਤੈਨੂੰ ਮੈਂ ਡਰਮ ਨਜ਼ਰ ਆਉਣ ਲੱਗ ਪਈ ਆ ਨਹੀਂ ਬਾਜੀ ਜੱਟੀ ਤੂੰ ਇੱਥੇ ਹਾਲ ਹਾਲ ਪਾਈ ਖਲੋਤੀ ਇਹਨੂੰ ਲਾਣ ਤਾਂ ਬਾਅਦ ਵਿੱਚ ਪਾ ਲਵੀ ਤੈਨੂੰ ਖਾਲਾ ਸਾਬਰਾ ਸੱਦੀ ਜਾਂਦੀ ਏ ਹੁਣ ਉਹ ਕਿਉਂ ਮੈਨੂੰ ਸੱਦੀ ਪਈ ਏ ਖਾਲਾ ਸਾਬਰਾ ਉੱਥੇ ਜਾ ਸਕਦੇ ਤੈਨੂੰ ਪਤਾ ਲੱਗ ਜਾ ਸੀ ਕਿਉਂ ਸੱਦੀ ਪਿਆ ਕਿ ਜਲਦੀ ਕਾਰ ਹੁਣ ਤਾਂ ਸ਼ਰੀਫ ਦਾ ਟੋਕਰਾ ਲੈ ਕੇ ਚੱਲਣਾ ਹੈ ਜਾਂ ਨਹੀਂ ਚੱਲ ਬੂਆ ਦੇ ਤੇ ਨਿਕਲ ਬਾਸਨ ਤਾਲੇ ਮਾਰਨ ਲੱਗ ਗਈ ਆ ਨਾਲ ਤੇ ਚੱਲਣਾ ਹੈ ਅੱਛਾ ਤੇਰਾ ਕੀ ਖਿਆਲ ਹੈ ਹੁਣ ਸਬਜ਼ੀ ਚੋਰੀ ਹੋਈ ਕੋਈ ਸ਼ੈ ਚੋਰੀ ਕਰਵਾ ਦੇ ਬੜੀ ਸਿਆਣੀ ਟੈਨਸ਼ਨ ਨਾ ਲੈ ਮੈਂ ਬੈਠੀ ਨਹੀਂ ਹੈਗੀ ਬੜਿਆ ਤੈਨੂੰ ਭੌਕੀ ਤਾਂ ਜਾਨਾ ਵਿਆਹ ਦਾ ਵਿਰਾਹ ਬਣਿਆ ਹੋਇਆ ਉਹਨੂੰ ਮਿਲਣ ਵਾਸਤੇ ਆਇਆ ਅੱਲਾ ਨਾ ਲਾ ਤੈਨ ਸਿੱਧੀ ਕੀਤੀ ਸਿੱਧੀ ਕਰ ਸਿੱਧੀ ਕੀਤੀ ਹੋਰ ਕੀ ਤੂੰ ਦਗੜ ਦੱਲਾ ਬਣਿਆ ਖੜੋਤਾ ਹੈ ਉਹਦਾ ਵਿਰਾਹ ਬਣਾਈ ਖੜੋਤਾ ਉਹਦਾ ਆਸ਼ਿਕ ਹੈ ਉਹਨੂੰ ਮਿਲਣ ਵਾਸਤੇ ਆ ਔਰ ਤੂੰ ਉਹਨੂੰ ਮਿਲਾ ਰਿਹਾ ਬਾਬੂ ਇਹ ਗੱਲ ਲੁਕਾਉਣ ਦੀ ਮੈਂ ਕੋਸ਼ਿਸ਼ ਕਰਿੰਦਾ ਪਿਆ ਮੂੰ ਬਰਲ ਤੋਂ ਇਹ ਖੋਲ ਦਿੱਤੀ ਤੇ ਸੋਣ ਮੋੜ ਉਹ ਵਾਕਿਆ ਹੀ ਇਹਦਾ ਆਸ਼ਿਕ ਹੈ ਤੇ ਮੈਂ ਦਗੜ ਦੱਲਾ ਬਣ ਕੇ ਕੋਲ ਖਲੋਤਾ ਮੂੰ ਓਏ ਲੱਖ ਲਾਨਤ ਹੈ ਮੇਰੇ ਤੇ ਨਾਲ ਲੱਖ ਲਾਨਤ ਹੈ ਤੇਰੇ ਵੀ ਉਹ ਜ਼ਲੀਲ ਦੇ ਬੱਚੇ ਆ ਤੂੰ ਦਗੜ ਦੱਲਾ ਤਾਂ ਬਣ ਗਿਆ ਬੜੇ ਫਖਰ ਨਾਲ ਦੱਸੀ ਜਾਣਾ ਹੈ ਅਸੀਂ 10 ਕਿਲੋ ਨੂੰ ਵੀ ਖਾਸ ਹੈ ਕਿੱਥੇ ਮੈਂ ਗੈਰਤ ਦਾ ਘੋਟ ਭਰੀ ਖਲਾ ਪਰ ਤੁਸੀਂ ਭਰ ਜਾ ਸਾਡੇ ਕੋਲ ਇਹ ਘੋਟ ਬੇਗੈਰਤੀ ਵਾਲਾ ਨਹੀਂ ਭਰਿਆ ਜਾਂਦਾ ਤੂੰ ਹੀ ਭਰ ਸਕਣਾ ਚੱਲ ਇੱਧੇ ਆ ਆਪਣੇ ਘਰ ਦੀ ਗੱਲ ਆਪਾਂ ਘਰ ਚ ਬਹਿ ਕੇ ਨਬੇੜ ਲਈ ਸਾਂ ਮੇਰੀ ਬਹਿਣ ਤੈਨੂੰ ਅਸੀਂ ਸਦਿਆ ਆਇਆ ਨਾ ਆਪਾਂ ਲੜਦੇ ਨਾ ਆਪਾਂ ਝਗੜਦੇ ਅਸੀਂ ਅੱਗੇ ਬੜੇ ਗੰਦੇ ਹੋਏ ਬੈਠੇ ਆ ਤੇ ਲੜਾਂ ਝਗੜਾਂ ਨਾਲ ਮੈਂ ਗੰਦੇ ਹੋਰ ਨਾ ਹੀ ਹੋ ਸਕਦੀ ਆ ਜਿਹੜੀ ਤੇਰੀ ਧੀ ਹੈ ਚੁੱਪ ਕਰਕੇ ਇਹਦੀ ਬਾਂਹ ਫੜ ਕੇ ਘਰ ਵਗ ਜਾ ਮੈਂ ਤਿੰਨੇ ਤਲਾਕਾਂ ਮੈਂ ਮਗਰ ਗਲਾ ਦੇ ਬਾਜੀ ਗੱਲ ਤਲਾਕ ਤੱਕ ਪਹੁੰਚ ਗਈ ਜੇ ਮੇਰੀ ਧੀ ਕੋਲੋਂ ਕੋਈ ਗਲਤੀ ਹੋ ਗਈ ਤੇਰੇ ਗੋਚਾ ਬੋਲ ਬੈਠੀ ਤੇ ਉਹਦੀ ਜਗ੍ਹਾ ਤੇ ਮੈਂ ਮਾਫੀ ਮੰਗਣੀ ਹੈ ਤੇਰੇ ਕੋਲ ਨਹੀਂ ਮੇਰੀ ਬਹਿਣ ਗਲਤੀ ਨਾ ਹੀ ਹੋਈ ਇੱਥੇ ਗੁਲਤਾੜ ਹੋਇਆ ਜੇ ਮੈਂ ਤੇਰੀ ਧੀ ਨੂੰ ਆਉਣਾ ਇਸ ਘਰੇ ਰੱਖਾਂ ਨਾ ਤੇ ਮੇਰੇ ਪੁੱਤਰ ਦੇ ਤਾਂ ਸਿਰ ਲੰਨ ਦੇਣ ਸਾਡੇ ਤਾਂ ਸਿਰ ਕੋਈ ਨਹੀਂ ਲੰਨਦੇ ਇਹ ਦੋਤੀ ਪੀਤੀ ਖੜੋਤਾ ਮੈਂ ਤਾਂ ਵੈਸ ਮਾਫ ਕੀਤੀ ਖੜੋਤਾ ਸਾਰੇ ਪੀਤੀ ਖਲੇ ਮੇਰੇ ਨਾਕੇ ਚ ਨਾ ਆ ਜਾ ਬੋ ਹੈ ਨਿਕਲੀ ਕਾਈ ਨਾ ਹੀ ਬਾਜੀ ਬੁਝਾਰਤਾ ਨਾ ਪਾ ਤੇ ਸਾਨੂੰ ਖੁੱਲ ਕੇ ਗੱਲ ਦੱਸ ਮੈਂ ਤੁਹਾਨੂੰ ਦੱਸਣਾ ਮੇਰੀ ਸਵਾਣੀ ਦੀ ਹਾਈ ਦਾੜ ਨੂੰ ਦਰਦ ਇਹ ਸਾਕੇ ਬੂਤਰਾ ਮੈਨੂੰ ਡਾਕਟਰ ਤੇ ਲੈ ਕੇ ਚੱਲ ਅੱਗੂ ਸਾਨੂੰ ਰਾਹ ਟੱਕਰ ਗਿਆ ਸ਼ੌਕੀ ਅਸੀਂ 2 ਮਿੰਟ ਉਹਦੇ ਕੋਲ ਖਲੋ ਗਏ ਤੇ ਮੇਰੀ ਮਾਂ ਮੇਰੀ ਸਵਾਣੀ ਤੇ ਇਲਜ਼ਾਮ ਲਾਈ ਖਲੀ ਲੈ ਖਲਾਨਾ ਤਈ ਉਹਨੇ ਦੋਲੇ ਕੋਲ ਪੀਲਾ ਬੱਜੇ ਰੰਗ ਨਾ ਵਟਾਵੇ ਸੋਭਾ ਜ਼ਰੂਰ ਲੈਸੀ ਆ ਬੂੜਾ ਕਿ ਹੁਣ ਗੱਲ ਵਲੇਟਦਾ ਪਿਆ ਏ ਗੱਲ ਵਲੇਟ ਨਾ ਅੱਗੂ ਸ਼ੀਸ਼ਾ ਸਾਰੇ ਕਾਰੋ ਨਹੀਂ ਮੇਰੀ ਬਹਿਣ ਤੈਨੂੰ
मैं दसनी हां आए देख लो सामने शीशे खोता या छूर ए तेरी दीदा आशिक है ए लोक लोक के बनया कच्चियां ते बांधदा मेरी दी नु लाके अस्ते गंदे होए पे गोडे गोडे ताई ओ भूतनिया ओ तेरे को दी लात नहीं तोड़ी गई ओ इने लात की तोड़नी है जाके मिलेंदा तोड़ ई तारे मुंह मल गया तेनु शर्म ना आई तेनु मैं इस देन वास्ते जम्मया सी कि तू आज साडी इज्जत फड़ के ते मिट्टी च रोल दवे अम्मी मैं दे नाल प्यार कर दी आ देख लो मन्ने खाली है ना प्यार करनी है ओ सच्चियां दा कान सच्चे अंदर मामा बहना गुजियां ते किसे ना बुजियां नी बहन कहती तैन जो पता होया ते तू क्यों रिश्ता साडे ले कीता हैगा ते इनो चदे में आ सानू तो गंदियां कार के रख देता है ते किसे नु मुंह विखावण जोगे नहीं रह गए ओ सानू जलील करण वास्ते छोड़ दित्ती जे तुहानू पता हा ए किसे होर नाल इश्क करदी ओदे पर ना देवा सानू ते ना जलील करो इना जान बोझ के मेरे गाल मड़ी है इना नु पता है भूतरे नु लत्थी चढ़ी दी है कोई ना इनु दे देने आपे गुजारा करेंदा वदा रासी अगर तू बगैरत बनया रहे हुन तक ते हुन तेरी अचानक किवें गैरत जाग गई है ओथे मैनू तो वेलिंदा पे आई है अजे ले बिल्लो आखे ना मैं तेरे प्यार करनी है यकदम मेरी ने गैरत ही पाटी है उसल गैरत नहीं तेरी पाट दी जदों दुए बन्ने उते खड़ो के मिलदे पे होंदे तू साइड ते हो के पारा देता पे होना उन गल्ला नु छाड़ डाल ले मैं कौन मुलवस है जो साइन कोई नी टेंशन मैं ज्यादा है हमदर्दी करदा रहा मिला गल आई तेन ओने दस दिता हा तू इन तलाक देवेन इजाजत देवे ताकि जिंदर मर्जी शादी कर लवे इस तरीके साडा मुकाला तो ना होंदा चलो जेड़ी होने तो हो गई हूं किस तरीके टाकी ला पता लग गए टाकी दे तलाक शादी तो बाद इन दस सकती हूं कि मेरी पसंद हो रही तो सानू दस दे अगर मैंने दस दे दादी मान जी दस दे अब्बा जी अगे मैं बोले च रही हाँ तो अज मैं अपनी इज्जत का एहसास होया कि जिथे अपना माँ पे दियन दे छे घर उत्थे बनाना चाहिए मैंने माफी दे छो पुतना तू भी मैंने माफ कर दे मेरे को गलती होगी खुदा का ना चलो शुक्र है तू ही गलती तस्लीम कर ली लेकिन नहीं हो जाएगा तू कदम ना चामी पाई मेरी तो बस ऐसी मजीद फनी वीडियोज देखने के लिए हमारे चैनल रचनावी टीवी को सब्सक्राइब करें।